ਅਸਲਾਮ ਵਾਲੇਕਮ ਸਿਆਣੇ ਕਹਿੰਦੇ ਵੀ ਜਿੱਥੇ ਕਿਸੇ ਦੀ ਜਾਗੀਰ ਨਹੀਂ ਹੁੰਦੀ ਚਲੋ ਹਾਲਾਤ ਜਿੱਦਾਂ ਦੇ ਸੀ ਪਰ ਕਿਸੇ ਪਾਸੋਂ ਹਵਾ ਦਾ ਠੰਡਾ ਬੁੱਲਾ ਆਇਆ ਸਾਡੇ ਪਾਕਿਸਤਾਨ ਦਾ ਪੁੱਤਰ ਸਾਡੇ ਪੰਜਾਬ ਦਾ ਪੁੱਤਰ ਸਾਡੀ ਪੱਗ ਅਰਸ਼ ਨਦੀਮ ਮੀਆਂ ਚੰਨੂ ਦਾ ਰਹਿਣ ਵਾਲਾ ਇੱਕ ਮਾੜੇ ਕਰਦਾ ਮਜ਼ਦੂਰ ਪਿਓ ਦਾ ਪੁੱਤਰ ਤੇ ਅੱਜ ਉਹਨੇ ਦੁਨੀਆ ਦੇ ਵਿੱਚ ਜਾ ਕੇ ਪਾਕਿਸਤਾਨ ਦਾ ਨਾਮ ਰੌਸ਼ਨ ਕਰਤਾ ਦੁਨੀਆ ਫਤਹਾ ਕਰ ਲਈ ਸੋਨੇ ਦਾ ਤਗਮਾ ਜਿੱਤਿਆ ਨੇ ਅਰਸ਼ ਨਦੀਮ ਨੇ ਕਹਿੰਦੇ ਵੀ ਫਾਈਨਲ ਦੇ ਵਿੱਚ ਤਿੰਨ ਪਲੇਅਰ ਸੀ ਇੱਕ ਗਰਨੇਡਾ ਮੁਲਕ ਦਾ ਕੋਈ ਨਵਾਂ ਚੱਲਿਆ ਕੈਨੇਡਾ ਤੋਂ ਛੋਟਾ ਇੱਕ ਉਹਦਾ ਪਲੇਅਰ ਵਰਲਡ ਚੈਂਪੀਅਨ ਸੀ ਤੇ ਇੱਕ ਚੜ੍ਹਦੇ ਪੰਜਾਬ ਦਾ ਸਾਡਾ ਪੁੱਤਰ ਨੀਰਜ ਚੋਪੜਾ ਉਹ ਕਹਿੰਦੇ ਆ ਲੰਪਿੰਗ ਪਿਛਲੀ ਦਾ ਚੈਂਪੀਅਨ ਸੀ ਤੇ ਪਿਛਲੀ ਵਾਰੀ ਅਰਸ਼ਦ ਨਦੀਮ 5ਵੇਂ ਨੰਬਰ ਤੇ ਆਇਆ ਮੁੰਡੇ ਨੇ ਹਿੰਮਤ ਨਹੀਂ ਹਾਰੀ ਹੌਸਲਾ ਨਹੀਂ ਛੱਡਿਆ ਤੈਅ ਕਿ ਕਹਿੰਦੇ ਇੰਜ ਵਟ ਕੇ ਨੇਜ਼ਾ ਸੁੱਟਿਆ ਵੀ ਹਲੇ ਤੱਕ ਨੇਜ਼ਾ ਲੱਭ ਰਹੇ ਨੇਜ਼ਾ ਨੇ ਲੱਭਦਾ ਐਸੀ ਫਤਹ ਮੁੰਡੇ ਨੇ ਹਾਸਲ ਕੀਤੀ ਐਸਾ ਹੌਸਲਾ ਕੀਤਾ ਸਾਡੀ ਹੋਸ਼ ਦੇ ਵਿੱਚ ਪਹਿਲਾ ਤਗਮਾ ਆਇਆ ਅੱਗੇ ਦੱਸ ਦਿਆਂ ਵੀ ਹਾਕੀ ਦੇ 11 ਪਲੇਅਰ ਰਾਲ ਕੇ ਲੈ ਕੇ ਆਏ ਸੀ ਇਹ ਕੱਲਾ ਸ਼ੇਰ ਲੈ ਕੇ ਆਇਆ 40 ਸਾਲਾਂ ਬਾਅਦ ਸਾਡੇ ਮੁਲਕ ਦੇ ਵਿੱਚ ਸੋਨੇ ਦਾ ਤਗਮਾ ਆਇਆ ਏਡੀ ਸਾਨੂੰ ਖੁਸ਼ੀ ਹੋਰੀ ਮੈਂ ਪੂਰੀ ਕੌਮ ਨੂੰ ਕਹੂੰਗਾ ਵੀ ਉੱਥੇ 에어ਪੋਰਟ ਦੇ ਉੱਤੇ ਜਾ ਕੇ ਦਾ ਇਸਤقبال ਕਰੀਏ ਮੈਂ ਵੀ ਆਉਂਗਾ ਤੁਸੀਂ ਵੀ ਆਓ ਜ਼ਿੰਦਾ ਕੌਮਾਂ ਆਪਣੇ ਜ਼ਿੰਦਾ ਹੋਣ ਦਾ ਸਬੂਤ ਦੰਦੀਆਂ ਵੀ ਅਸੀਂ ਆਪਣੇ ਪਲੇਅਰਾਂ ਦੀ ਕਦਰ ਕਿਵੇਂ ਕਰਦੇ ਹਾਂ ਤੇ ਪਾਕਿਸਤਾਨ ਨੂੰ ਕਹਾਂਗੇ ਉਸ ਮੁੰਡੇ ਦੀ ਉਹਨੂੰ ਖਸੂਸੀ ਤੌਰ ਤੇ ਉਹਦੇ ਨਾਲ ਤਾਮਨ ਕੀਤਾ ਜਾਵੇ ਸਾਡੀ ਆਵਾਮ ਵੀ ਕਰੇ ਸਾਡੀ ਸਰਕਾਰ ਵੀ ਉਹਦੇ ਨਾਲ ਤਾਮਨ ਕਰੇ ਵੀ ਉਸ ਮੁੰਡੇ ਨੇ ਬਗੈਰ ਬਸਾਇਲ ਤੋਂ ਕਿੱਥੇ ਜਾ ਕੇ ਪਾਕਿਸਤਾਨ ਦੇ ਨਾਰੇ ਲਵਾਤੇ ਅਰਸ਼ ਨਜ਼ੀਮ ਜ਼ਿੰਦਾਬਾਦ ਪਾਕਿਸਤਾਨ ਜ਼ਿੰਦਾਬਾਦ